ਬੇਸਹਾਰਾ ਅਤੇ ਭਟਕੇ ਲੋਕਾਂ ਨੂੰ ਆਪਣੇ ਨਾਲ ਮਿਲਾਉਣ ਵਾਲੇ ਆਲ ਇੰਡੀਆ ਪਿੰਗਲਾ ਆਸ਼ਰਮ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 550 ਸਾਲਾ ਪ੍ਰਕਾਸ਼ ਉਤਸਵ ਸਮਾਗਮ ਕਰਾਇਆ ਗਿਆ। ਇਸ ਵਿੱਚ ਗੁਰਮਤ ਸੰਗੀਤ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਾਏ ਗਏ। SP ਅਮਰਜੀਤ ਸਿੰਘ ਘੁੰਮਣ ਵਿਸ਼ੇਸ਼ ਤੌਰ ਤੇ ਮੌਜੂਦ ਰਹੇ, ਜਿੱਥੇ ਉਹਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਤਕਸੀਮ ਕੀਤੀ ਗਈ। ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਸਾਲ ਵਿੱਚ 2 ਵਾਰ ਇਹ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਗੁਰਬਾਣੀ ਮੁਕਾਬਲੇ, ਦਸਤਾਰ ਮੁਕਾਬਲੇ, ਗੁਰਮਤਿ ਸੰਗੀਤ ਦੁਮਾਲੇ ਮੁਕਾਬਲਿਆਂ ਤੋਂ ਇਲਾਵਾ ਗਰੀਬ ਲੜਕੀਆਂ ਦੇ ਵਿਆਹ ਵੀ ਕਰਵਾਏ ਜਾਂਦੇ ਨੇ। ਇਸ ਮੌਕੇ ਆਸ਼ਰਮ ਦੀ ਸਮੁੱਚੀ ਟੀਮ ਵੱਲੋਂ SP ਘੁੰਮਣ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਦਸਤਾਰਬੰਦੀ ਤੇ ਦੁਮਾਲੇ ਮੁਕਾਬਲੇ ਤੇ ਨਾਮ ਸਿਮਰਨ ਦੇ ਜਾਪ ਤੇ ਗੱਤਕੇ ਮੁਕਾਬਲੇ ਇਹ ਕਰਵਾਏ ਜਾਂਦੇ ਹਨ ਬੱਚਿਆਂ ਦੇ। ਉਸ ਨਾਲ ਬੱਚਿਆਂ ਨੂੰ, ਨਵਿਆਂ ਨੂੰ ਸੇਧ ਮਿਲਦੀ ਹੈ। ਉਸਦੇ ਨਾਲ ਹੀ ਅਸੀਂ ਜੋ ਆਸ਼ਰਮ 'ਚ 250 ਦੇ ਕਰੀਬ ਪਲ ਰਹੇ ਮਰੀਜ਼ ਹਨ, ਉਹਨਾਂ ਦੀ ਸੇਵਾ ਸੰਭਾਲ ਕਰ ਰਹੇ ਹਾਂ। ਉਹਨਾਂ ਵਿੱਚੋਂ ਠੀਕ ਹੋਈਆਂ ਲੜਕੀਆਂ ਦੀਆਂ ਸ਼ਾਦੀਆਂ ਅਤੇ ਜੋ ਗਰੀਬ ਪਰਿਵਾਰ ਦੀਆਂ ਲੜਕੀਆਂ ਉਹਨਾਂ ਦੀਆਂ ਸ਼ਾਦੀਆਂ ਕਰਵਾਉਂਦੇ ਹਾਂ। ਇੱਕ ਤਾਂ ਅਸੀਂ ਹੁਣ 27 ਮਈ ਨੂੰ ਅਸੀਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣ ਜਾ ਰਹੇ ਹਾਂ ਅਤੇ 18 ਅਕਤੂਬਰ ਨੂੰ ਵੱਡੇ ਮਹਾਂਪੁਰਸ਼ਾਂ ਦੀ ਯਾਦਗਾਰ ਮਨਾਉਂਦੇ ਹਾਂ, ਉਦੋਂ ਅਸੀਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਂਦੇ ਹਾਂ।